ਤਾਂ ਜਦੋਂ ਇਹ ਬੁੱਤ ਢਾਏ ਗਏ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਉਹ ਪ੍ਰਤੀਕਿਰਿਆ ਆਈਆਂ, ਕੋਈ ਕਹਿੰਦਾ ਜੀ ਇਹ ਨਾਦਰਸ਼ਾਹੀ ਕੰਮ ਕੀਤਾ ਗਿਆ, ਕੋਈ ਕਹਿੰਦਾ ਜੀ ਇਹ ਤਾਲੇਬਾਨੀ ਸੋਚ ਹੈ, ਕਿਉਂਕਿ ਤਾਲੇਬਾਨਾਂ ਨੇ ਜਿਸ ਤਰ੍ਹਾਂ ਬੁੱਧ ਦੀਆਂ ਮੂਰਤੀਆਂ ਢਾਤੀਆਂ ਸੀਗੀਆਂ, ਕੋਈ ਕਹਿੰਦਾ ਜੀ ਇਹ ਧਾਰਮਿਕ ਕੱਟੜਤਾ। ਸੋ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਦੋਂ ਆਈਆਂ ਤੇ ਮੈਂ ਸੋਚਿਆ ਕਿ ਯਾਰ ਇਸ ਮਸਲੇ ਦੇ ਉੱਤੇ ਇੱਕ ਦਿਨ ਪਹਿਲਾਂ ਅਸੀਂ ਉੱਥੇ ਜਿੱਦੇ ਇਹ ਰਾਤ ਨੂੰ ਬੁੱਤ ਢਾਏ ਨੇ, ਉਸ ਦਿਨ ਇੱਕ ਦਿਨ ਪਹਿਲਾਂ ਅਸੀਂ ਜਲਿਆਂ ਵਾਲੇ ਬਾਗ ਦੇ ਵਿੱਚ ਸੀਗੇ। ਪਰ ਜਦੋਂ ਕੋਈ ਵੀ ਕਾਰਵਾਈ ਕਿਸੇ ਪ੍ਰਕਾਰ ਦੀ ਨਾ ਹੋਈ ਤਾਂ ਉੱਥੇ ਨੌਜਵਾਨਾਂ ਨੇ ਇਹ ਬੁੱਤ ਤੋੜੇ। ਆਪਾਂ ਕਦੇ ਨਹੀਂ ਸੁਣਿਆ ਹੋਣਾ ਕਿ ਵਿਆਹ ਵਾਲੇ ਘਰਾਂ ਦੇ ਵਿੱਚ ਕਦੇ ਬੈਂਡ ਪੈਂਦੇ ਹੋਣ ਤੇ ਸੱਥਰ ਤੇ ਕਦੇ ਢੋਲ ਵੱਜਿਆ ਹੋਵੇ, ਇਹ ਕਦੇ ਨਹੀਂ ਸੁਣਿਆ। ਆਪਾਂ ਇਹ ਵੀ ਨਹੀਂ ਕਦੇ ਦੇਖਿਆ ਹੋਣਾ ਕਿ ਕਿਸੇ ਸ਼ਰਾਬ ਦੇ ਕਾਰਖਾਨੇ ਵਿੱਚ ਕੋਈ ਗੁਰੂ ਘਰ ਬਣਾਇਆ ਗਿਆ ਹੋਵੇ ਕਿ ਉੱਥੇ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦਾ ਬੁੱਤ ਨਹੀਂ ਲਾਇਆ ਜਾ ਸਕਦਾ, ਜਿਨ੍ਹਾਂ ਨੇ ਮੱਸਾ ਰੰਗੜ ਦਾ ਸਿਰ ਵੱਢ ਕੇ ਇਸੇ ਦਰਬਾਰ ਸਾਹਿਬ ਦੇ ਵਿੱਚੋਂ ਲੈ ਕੇ ਗਏ ਸੀ। ਕੀ ਉੱਥੇ ਬੋਤਾ ਸਿੰਘ, ਗਰਜਾ ਸਿੰਘ ਦਾ ਬੁੱਤ ਨਹੀਂ ਲੱਗ ਸਕਦਾ, ਜਿਨ੍ਹਾਂ ਨੇ ਕੌਮ ਦੀ ਹੋਂਦ ਨੂੰ ਦਰਸਾਉਣ ਲਈ ਆਪਣੀ ਸ਼ਹੀਦੀ ਦਿੱਤੀ ਸੀ। ਫਤਿਹਗੜ੍ਹ ਸਾਹਿਬ ਗਏ ਆ, ਪੱਤਰਕਾਰ ਪੁੱਛਦੇ ਆ ਜਵਾਕਾਂ ਨੂੰ ਤੇ ਸਾਹਿਬਜ਼ਾਦਿਆਂ ਦਾ ਇਸ ਸਥਾਨ ਨਾਲ ਕੀ ਸੰਬੰਧ ਹੈ ਉੱਥੇ ਸਾਨੂੰ ਪਤਾ। ਅੰਦਰ ਨਾ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਹੈ, ਹੁਣ ਆਪਾਂ ਦੱਸਦੇ ਹਾਂ ਅਸਰ ਕੀ ਹੁੰਦਾ। ਉਹ ਕੁੜੀ ਨੇ ਇੱਕ ਨੱਚ ਕੇ ਅੰਦਰ ਪ੍ਰਕਰਮਾ ਦੇ ਵਿੱਚ, ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਇੱਕ ਵੀਡੀਓ ਜਿਹੜੀ ਉਹ ਉਹਨੇ ਪਤਾ ਨਹੀਂ ਕਾਸਟ ਜਾਂ ਸੋਸ਼ਲ ਮੀਡੀਆ 'ਤੇ ਪਾਈ ਹੈ, ਅਤੇ ਉਦੋਂ ਬਾਅਦ ਜਿਹੜੀ ਉਹ ਕੁੜੀ ਨੇ ਇੱਕ ਆਪਦਾ ਸਪਸ਼ਟੀਕਰਨ ਵੀ ਦਿੱਤਾ ਸੀ, ਮੈਨੂੰ ਪਤਾ ਨਹੀਂ ਸੀ ਕਹਿੰਦੀ। ਹੁਣ ਜਿਹੜਾ ਬੱਚਾ ਦਰਬਾਰ ਸਾਹਿਬ ਦੇ ਅੱਗੇ ਗਲਿਆਰੇ ਦੇ ਵਿੱਚ ਇਹੋ ਜਿਹੇ ਨੱਚਣ ਵਾਲੇ ਬੁੱਤ ਦੇਖੂਗਾ ਤੇ ਉਹਨੂੰ ਕੀ ਪਤਾ ਹੋਣਾ ਵੀ ਅੰਦਰ ਕੀ ਹੈ, ਫਿਰ ਉਹਨੇ ਅੰਦਰ ਜਾ ਕੇ ਨੱਚਣਾ ਹੀ ਹੈ। ਜਿਹੜਾ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਹੈ, ਨਵਾਂ ਬਣਾਉਣ ਦੀ ਤਿਆਰੀ ਹੋ ਰਹੀ ਹੈ, ਉਹਦੀ ਦਿੱਖ ਪਤਾ ਕਿਹੋ ਜਿਹੀ ਬਣਾਈ ਜਾਣੀ ਹੈ। ਬੀਜੇਪੀ ਦਾ ਪ੍ਰਧਾਨ ਉਹ ਕਹਿੰਦਾ ਜਿਹੜਾ ਕਮਲ ਦਾ ਫੁੱਲ ਹੈ, ਕਮਲ ਦੇ ਫੁੱਲ ਦੀ ਉਹਨੂੰ ਦਿੱਖ ਦੇਣੀ ਸੀ। ਬੀਤੇ ਦਿਨੀ ਕੁਝ ਸਿੰਘਾਂ ਵੱਲੋਂ ਹੈਰੀਟੇਜ ਸਟਰੀਟ 'ਚ ਲੱਗੇ ਬੁੱਤਾਂ ਦੀ ਭੰਨਤੋੜ ਕੀਤੀ ਗਈ, ਜਿਹਦੇ ਚੱਲਦੇ 8 ਸਿੰਘਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਤੇ ਇਹ ਮਾਮਲਾ ਹੁਣ ਕਾਫੀ ਭਖਦਾ ਨਜ਼ਰ ਆ ਰਿਹਾ। ਹੁਣ ਇਸ ਮੁੱਦੇ ਤੇ ਸਮਾਜ ਸੇਵੀ ਲੱਖਾ ਸਿਧਾਣਾ ਨੇ ਆਪਣਾ ਬਿਆਨ ਦਿੱਤਾ ਹੈ ਕਿ ਦਰਬਾਰ ਸਾਹਿਬ ਜੀ ਦੇ ਬਾਹਰ ਲੱਗੇ ਇਹ ਬੁੱਤ ਸਹੀ ਨੇ ਜਾਂ ਗਲਤ। ਸਿਧਾਣਾ ਦਾ ਕਹਿਣਾ ਕਿ ਹਰ ਇੱਕ ਚੀਜ਼ ਦੀ ਜਗ੍ਹਾ ਹੁੰਦੀ ਹੈ, ਜਿਵੇਂ ਵਿਆਹ ਵਾਲੇ ਘਰਾਂ 'ਚ ਬੈਨ ਨਹੀਂ ਪੈਂਦੇ ਤੇ ਜਿੱਥੇ ਸਤਰ ਵਿਛੇ ਹੋਣ ਉੱਥੇ ਕਦੇ ਢੋਲ ਨਹੀਂ ਵੱਜਦੇ। ਅਜਿਹੀਆਂ ਕਈ ਉਦਾਹਰਨਾਂ ਦੇਖ ਕੇ ਸਿਧਾਣਾ ਨੇ ਬਿਆਨ ਕੀਤਾ ਤੇ ਨਾਲ ਹੀ ਸਿਧਾਣਾ ਨੇ ਸਿੰਘਾਂ ਤੋਂ ਹੋਏ 307 ਦੇ ਪਰਚੇ ਦੀ ਨਿੰਦਿਆ ਕੀਤੀ। ਸੋ ਸਾਥੀਓ, ਤੁਸੀਂ ਸੁਣਿਆ ਸਰਤਾਜ ਦਾ ਦੋ ਸ਼ਬਦ ਮੈਂ ਕਿਉਂ ਸੁਣਾਏ ਆ ਕਿ ਵੈਸੇ ਤਾਂ ਇਹ ਜਿਹੜੇ ਸ਼ਬਦ ਉਹਨਾਂ ਨੇ ਗਾਏ ਆ ਸਰਤਾਜ ਨੇ, ਤੇ ਇਹ ਤੁਹਾਨੂੰ ਆਪੇ ਹੀ ਪਤਾ ਲੱਗ ਜਾਣਾ ਕਿ ਕਿੰਨੀ ਕਮਾਲ ਦੀ ਗੱਲ ਕਿ ਇਕੱਲਾ ਇਕੱਲਾ ਯੋਧਾ ਭੱਜ ਭੱਜ ਕੇ ਪੈਂਦਾ ਸੀ, ਹੋਣੀ ਸ਼ਹਾਦਤ ਸਭ ਨੂੰ ਇਹੀ ਚਾਅ ਰਹਿੰਦਾ ਸੀ ਕਿ ਮੌਤ ਦਾ ਵੀ ਇੰਨਾ ਚਾਅ, ਅਤੇ ਉਸ ਕੌਮ ਦੇ ਵਾਰਸਾਂ ਅਸੀਂ। ਸੋ ਦੋਸਤੋ, ਬੁੱਤ ਢਾਏ ਗਏ ਜਿਹੜੇ ਦਰਬਾਰ ਸਾਹਿਬ ਨੂੰ ਜਦੋਂ ਆਪਾਂ ਜਾਂਦੇ ਹਾਂ, ਉਸ ਗਲਿਆਰੇ ਦੇ ਵਿੱਚ ਜਿਹੜੇ ਬੁੱਤ ਲੱਗੇ ਹੋਏ ਸੀਗੇ, ਦੇਖੋ ਨੱਚਣਾ ਗਾਉਣਾ, ਗਿੱਧੇ ਭੰਗੜੇ, ਇਹ ਸਾਰਾ ਪੰਜਾਬੀ ਵਿਰਾਸਤ, ਪੰਜਾਬੀ ਸੱਭਿਆਚਾਰ ਦਾ ਇੱਕ ਬੜਾ ਅਹਿਮ ਅੰਗ ਨੇ। ਤਾਂ ਜਦੋਂ ਇਹ ਬੁੱਤ ਢਾਏ ਗਏ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਉਹ ਪ੍ਰਤੀਕਿਰਿਆ ਆਈਆਂ, ਕੋਈ ਕਹਿੰਦਾ ਜੀ ਇਹ ਨਾਦਰਸ਼ਾਹੀ ਕੰਮ ਕੀਤਾ ਗਿਆ, ਕੋਈ ਕਹਿੰਦਾ ਜੀ ਇਹ ਤਾਲੇਬਾਨੀ ਸੋਚ ਹੈ, ਕਿਉਂਕਿ ਤਾਲੇਬਾਨਾਂ ਨੇ ਜਿਸ ਤਰ੍ਹਾਂ ਬੁੱਧ ਦੀਆਂ ਮੂਰਤੀਆਂ ਢਾਤੀਆਂ ਸੀਗੀਆਂ ਅਫਗਾਨਿਸਤਾਨ ਦੇ ਵਿੱਚ, ਕੋਈ ਕਹਿੰਦਾ ਜੀ ਇਹ ਧਾਰਮਿਕ ਕੱਟੜਤਾ। ਸੋ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਦੋਂ ਆਈਆਂ ਤੇ ਮੈਂ ਸੋਚਿਆ ਕਿ ਯਾਰ ਇਸ ਮਸਲੇ ਦੇ ਉੱਤੇ ਇੱਕ ਦਿਨ ਪਹਿਲਾਂ ਅਸੀਂ ਉੱਥੇ ਜਿੱਦੇ ਇਹ ਰਾਤ ਨੂੰ ਬੁੱਤ ਢਾਏ ਨੇ, ਉਸ ਦਿਨ ਇੱਕ ਦਿਨ ਪਹਿਲਾਂ ਅਸੀਂ ਜਲਿਆਂ ਵਾਲੇ ਬਾਗ ਦੇ ਵਿੱਚ ਸੀਗੇ, ਉੱਥੇ ਵੀ ਇਹ ਗੱਲਬਾਤ ਹੋਈ ਸੀਗੀ ਬੁੱਤਾਂ ਬਾਰੇ। ਤਾਂ ਪਹਿਲੀ ਤਾਂ ਗੱਲ, ਵਾਲੇ ਕਹਿੰਦੇ ਯਾਰ ਇਹ ਮਤਲਬ ਕਿਸੇ ਨੂੰ ਦੱਸਿਆ ਨਹੀਂ ਗਿਆ, ਪਹਿਲਾਂ ਪੁੱਛਿਆ ਨਹੀਂ ਗਿਆ, ਇਹ ਘੱਟੋ ਘੱਟ ਹੁਣ ਦੀ ਨਹੀਂ 6 ਮਹੀਨਿਆਂ ਦੀ ਪ੍ਰਕਿਰਿਆ ਚੱਲ ਰਹੀ ਹੈ। ਅਸੀਂ ਵੀ DC ਅੰਮ੍ਰਿਤਸਰ ਨੂੰ ਮਿਲੇ ਹਾਂ, ਗੁਰਸੇਵ ਸਿੰਘ ਭਾਣਾ ਮੁੰਡਾ ਭਾਣੇ ਤੋਂ, ਕਈ ਅੰਮ੍ਰਿਤਸਰ ਦੇ ਨੌਜਵਾਨ ਨੇ, ਕਈ ਜਥੇਬੰਦੀਆਂ ਨੇ, DC ਨੂੰ ਵੀ ਮੰਗ ਪੱਤਰ ਦਿੱਤੇ ਨੇ, ਇਹ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੂੰ ਚਿੱਠੀਆਂ ਕੱਢੀਆਂ ਗਈਆਂ ਇਸ ਦੀ ਬਾਬਤ। ਰੋਸ ਮਾਰਚ ਵੀ ਇੱਕ ਬਹੁਤ ਵੱਡਾ ਹੋਇਆ ਸੀ ਪਿਛਲੇ ਦਿਨਾਂ ਦੇ ਵਿੱਚ ਕਈ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਵਿੱਚ, ਪਰ ਜਦੋਂ ਕੋਈ ਵੀ ਕਾਰਵਾਈ ਕਿਸੇ ਪ੍ਰਕਾਰ ਦੀ ਨਾ ਹੋਈ ਤਾਂ ਉੱਥੇ ਨੌਜਵਾਨਾਂ ਨੇ ਇਹ ਬੁੱਤ ਤੋੜੇ ਨੇ। ਹੁਣ ਆਪਾਂ ਕਰਦੇ ਹਾਂ ਬੁੱਤਾਂ ਦੀ ਗੱਲ, ਬਹੁਤੇ ਬੰਦਿਆਂ ਦੀ ਇਹ ਰਾਏ ਹੈਗੀ ਕਿ ਯਾਰ ਇਹ ਵੀ ਸਾਡਾ, ਇਹ ਵੀ ਅੰਗ ਨੇ। ਮੈਂ ਮੰਨਦਾ ਕਿ ਵਿਰਸਾ, ਗਿੱਧਾ ਭੰਗੜਾ, ਨੱਚਣਾ ਗਾਉਣਾ, ਜਿਵੇਂ ਗੁਰਬਾਣੀ 'ਚ ਵੀ ਕਈ ਬੰਦਿਆਂ ਨੇ ਲਿਖਿਆ ਕਿ ਨੱਚਣਾ ਕੁੱਦਣਾ ਮਨਕਾ ਚਾਓ, ਗੁਰਬਾਣੀ 'ਚ ਲਿਖਿਆ ਹੋਇਆ, ਠੀਕ ਹੈ ਆਪਾਂ ਮੰਨਦੇ ਹਾਂ ਹਰ ਬੰਦੇ ਨੂੰ ਨੱਚਣਾ ਕੁੱਦਣਾ ਮਤਲਬ ਕਿ ਗੀਤ ਗਾਉਣਾ ਜਾਂ ਸੁਣਨੇ ਜ਼ਰੂਰੀ ਨੇ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ
ਦੇਖੋ ਹਰ ਇੱਕ ਚੀਜ਼ ਦੀ ਇੱਕ ਜਗ੍ਹਾ ਹੁੰਦੀ ਹੈ, ਇੱਕ ਸਥਾਨ ਹੁੰਦਾ, ਇੱਕ ਸਮਾਂ ਹੁੰਦਾ। ਆਪਾਂ ਕਦੇ ਨਹੀਂ ਸੁਣਿਆ ਹੋਣਾ ਕਿ ਵਿਆਹ ਵਾਲੇ ਘਰਾਂ ਦੇ ਵਿੱਚ ਕਦੇ ਬੈਂਡ ਪੈਂਦੇ ਹੋਣ ਅਤੇ ਸੱਥਰ 'ਤੇ ਕਦੇ ਢੋਲ ਵੱਜਿਆ ਹੋਵੇ, ਇਹ ਕਦੇ ਨਹੀਂ ਸੁਣਿਆ ਹੋਣਾ। ਆਪਾਂ ਇਹ ਵੀ ਨਹੀਂ ਕਦੇ ਦੇਖਿਆ ਹੋਣਾ ਕਿ ਕਿਸੇ ਸ਼ਰਾਬ ਦੇ ਕਾਰਖਾਨੇ ਵਿੱਚ ਕੋਈ ਗੁਰੂ ਘਰ ਬਣਾਇਆ ਗਿਆ ਹੋਵੇ ਅਤੇ ਕਿਸੇ ਗੁਰੂ ਘਰ ਦੇ ਵਿੱਚ ਕੋਈ ਠੇਕਾ ਖੋਲ੍ਹ ਦਿੱਤਾ ਗਿਆ ਹੋਵੇ। ਹਰ ਚੀਜ਼ ਦੀ ਇੱਕ ਜਗ੍ਹਾ, ਇੱਕ ਸਥਾਨ ਹੁੰਦਾ। ਜੇ ਬੁੱਤ ਬਣਾਉਣ ਦੀ ਗੱਲ ਆ, ਬਹੁਤ ਥਾਂ ਇਸ ਤਰ੍ਹਾਂ ਦੀ ਜਗ੍ਹਾ ਹੈਗੀ ਹੈ ਪੂਰੇ ਪੰਜਾਬ ਦੇ ਵਿੱਚ, ਕਿਤੇ ਵੀ ਇਸ ਤਰ੍ਹਾਂ ਦੇ ਬੁੱਤ ਕੋਈ ਗਿੱਧੇ ਭੰਗੜੇ ਵਾਲੇ ਬਣਾਏ ਜਾ ਸਕਦੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ। ਬਣਨੇ ਚਾਹੀਦੇ ਹੈ, ਬਣੇ ਵੀ ਹੋਏ ਨੇ, ਕਲਾ ਭਵਨ ਦੇ ਵਿੱਚ ਵੀ ਬਹੁਤ ਬੁੱਤ ਲੱਗੇ ਹੋਏ ਨੇ, ਹੋਰ ਪੰਜਾਬ ਦੇ ਵਿੱਚ ਕਈ ਥਾਵਾਂ 'ਤੇ ਅਜੇ ਬੁੱਤ ਲੱਗੇ ਹੋਏ ਨੇ। ਬਹੁਤ ਸਾਰੀਆਂ ਇਹੋ ਜਿਹੀਆਂ ਪੁਰਾਣੀਆਂ ਜਿਹੜੀਆਂ ਸੰਗੀਤ ਨਾਲ ਸੰਬੰਧਿਤ ਅਲਗੋਜ਼ੇ, ਹਰਮੋਨੀਅਮ, ਢੋਲ, ਕਲਾ ਭਵਨ ਦੇ ਵਿੱਚ ਬਹੁਤ ਪੁਰਾਣੀਆਂ ਨਿਸ਼ਾਨੀਆਂ ਜਿਹੜੀਆਂ ਪੰਜਾਬੀ ਸੰਗੀਤ ਦੀਆਂ ਉਹ ਪਈਆਂ ਨੇ। ਇਹ ਠੀਕ ਹੈ, ਪਰ ਜਿੱਥੇ ਗੱਲ ਮੈਂ ਕਹਿਣੀ ਚਾਹੁੰਦਾ ਕਿ ਜਿੱਥੇ ਗੱਲ ਅੰਮ੍ਰਿਤਸਰ ਸਾਹਿਬ ਦੀ ਆਉਂਦੀ ਹੈ, ਜਿੱਥੇ ਅਸੀਂ ਹਰ ਜਦੋਂ ਬੰਦਾ ਆਪਣੇ ਘਰੋਂ ਤੁਰਦਾ ਆਪਣੇ ਪਰਿਵਾਰ ਨਾਲ ਮੱਥਾ ਟੇਕਣ ਜਾਂਦਾ, ਤਾਂ ਉੱਥੇ ਆਪਾਂ ਦੇਖਦੇ ਹਾਂ ਕਿ ਆਪਣਾ ਪਰਿਵਾਰ ਨਾਲ ਹੁੰਦਾ, ਬੱਚੇ ਵੀ ਨਾਲ ਹੁੰਦੇ ਨੇ। ਤਾਂ ਆਪਾਂ ਕਈ ਵਾਰੀ, ਮੈਂ ਹਰ ਥਾਂ ਇਹ ਗੱਲ ਬੋਲਦਾ ਹੁੰਦਾ ਕਿ ਮੈਂ ਕੱਲ੍ਹ ਦੀ ਤੁਹਾਨੂੰ ਗੱਲ ਦੱਸਦਾ, ਮੇਰਾ ਛੋਟਾ ਜਿਹਾ ਜਵਾਕ ਆ, 4.5 ਸਾਲ ਦੀ ਉਮਰ ਆ, ਅਤੇ ਮੈਂ ਕੱਲ੍ਹ ਪੰਜਾਬੀ ਟ੍ਰਿਬਿਊਨ ਦਾ ਅਖਬਾਰ ਪੜ੍ਹ ਰਿਹਾ ਸੀ। ਉਹਦੇ ਇੱਕ ਪੰਨੇ ਦੇ ਉੱਤੇ 3 ਲੇਖ ਲੱਗੇ ਸੀਗੇ ਗਦਰੀ ਬਾਬਿਆਂ ਬਾਰੇ, ਗਦਰੀ ਯੋਧਿਆਂ ਬਾਰੇ। ਤਾਂ ਉਹਨਾਂ ਫੋਟੋਆਂ ਨੂੰ ਦੇਖ ਕੇ ਮੇਰੇ ਜਵਾਕ ਨੇ ਮੈਨੂੰ ਸਵਾਲ ਕੀਤਾ, ਕਹਿੰਦਾ ਬਾਪੂ ਇਹ ਬੰਦੇ ਕੌਣ ਨੇ? ਤਾਂ ਮੈਂ ਉਹਨੂੰ ਦੱਸਿਆ, ਅਤੇ ਉਹਦੀ ਜਿੰਨੀ ਕੁ ਸਮਝ ਆ ਉਸ ਹਿਸਾਬ ਨਾਲ ਉਹਨੇ ਸਮਝਿਆ। ਤਾਂ ਜਦੋਂ ਇਸ ਤਰ੍ਹਾਂ ਦੇ ਬੁੱਤ ਨੇ ਜਿਹੜੇ ਅਸੀਂ ਸਾਡਾ ਪਰਿਵਾਰ ਨਾਲ ਜਾਂਦਾ, ਤਾਂ ਉਹੋ ਜਿਹੇ ਬੁੱਤਾਂ ਨੂੰ ਦੇਖ ਕੇ ਸਾਡੇ ਜਵਾਕਾਂ ਨੇ ਵੀ ਸਾਨੂੰ ਸਵਾਲ ਕਰਨੇ ਨੇ, ਪੁੱਛਣੇ ਨੇ ਕਿ ਬਾਪੂ ਇਹ ਹੈ ਕੌਣ, ਜਾਂ ਬੇਬੇ ਇਹ ਕੌਣ ਆ ਜਿਨ੍ਹਾਂ ਦੇ ਬੁੱਤ ਲੱਗੇ ਹੋਏ ਨੇ? ਕੀ ਉੱਥੇ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦਾ ਬੁੱਤ ਨਹੀਂ ਲਾਇਆ ਜਾ ਸਕਦਾ, ਜਿਨ੍ਹਾਂ ਨੇ ਮੱਸਾ ਰੰਗੜ ਦਾ ਸਿਰ ਵੱਢ ਕੇ ਇਸੇ ਦਰਬਾਰ ਸਾਹਿਬ ਦੇ ਵਿੱਚੋਂ ਲੈ ਕੇ ਗਏ ਸੀ? ਕੀ ਉੱਥੇ ਆਪਣਾ ਭਾਈ ਬਘੇਲ ਸਿੰਘ ਦਾ ਬੁੱਤ ਨਹੀਂ ਲੱਗ ਸਕਦਾ, ਜਿਹਨੇ ਦਿੱਲੀ ਦੇ ਵਿੱਚ ਝੰਡਾ ਚਲਾਇਆ ਸੀ? ਕੀ ਉੱਥੇ ਬੋਤਾ ਸਿੰਘ ਗਰਜਾ ਸਿੰਘ ਦਾ ਬੁੱਤ ਨਹੀਂ ਲੱਗ ਸਕਦਾ, ਜਿਨ੍ਹਾਂ ਨੇ ਕੌਮ ਦੀ ਹੋਂਦ ਨੂੰ ਦਰਸਾਉਣ ਲਈ ਆਪਣੀ ਸ਼ਹੀਦੀ ਦਿੱਤੀ ਸੀ? ਕਈ ਵਾਰੀ ਸੱਜਣੋ, ਕੌਮ ਦੀ ਹੋਂਦ ਨੂੰ ਦਰਸਾਉਣ ਲਈ, ਆਪਦੇ ਆਪ ਨੂੰ ਜਿਉਂਦਾ ਦਿਖਾਉਣ ਲਈ ਮਰਨਾ ਬੜਾ ਜ਼ਰੂਰੀ ਹੁੰਦਾ। ਇਹੋ ਜਿਹੇ ਮੈਂ ਗੀਤ ਸਾਨੂੰ ਕਿਉਂ ਪਹਿਲਾਂ ਆਪਾਂ ਸੁਣਾਇਆ ਸੀ ਕਿ ਇਹ ਗੀਤ ਸਾਨੂੰ ਸਾਰਾ ਕੁਛ ਹੀ ਸਪਸ਼ਟ ਕਰ ਦੂਗਾ ਕਿ ਅਸਲ ਦੇ ਵਿੱਚ ਅਸੀਂ ਕਿੰਨਾ ਦੇ ਵਾਰਸ ਹਾਂ, ਅਸੀਂ ਕਿਹੜੀ ਕੌਮ ਦੇ ਵਾਰਸ ਹਾਂ, ਕਿੱਡੀ ਮਹਾਨ ਸਾਡੀ ਵਿਰਾਸਤ ਹੈ, ਕਿੱਡੇ ਮਹਾਨ ਯੋਧੇ ਹੋਏ ਨੇ ਸਾਡੀ ਕੌਮ ਦੇ ਵਿੱਚ। ਅਤੇ ਇਸ ਲਈ ਸਾਨੂੰ, ਮੈਂ ਕਹਿੰਦਾ ਕਿ ਇਸ ਗੱਲ ਦੇ ਉੱਤੇ ਹੁਣ ਬਹੁਤ ਬੰਦਿਆਂ ਦੀਆਂ ਅੱਡੋ ਅੱਡੀਆਂ ਤਰ੍ਹਾਂ ਦੀਆਂ ਕਹਾਣੀਆਂ, ਬਾਹਲੇ ਬੰਦਿਆਂ ਨੇ ਬੜਾ ਇਹਦਾ ਵਿਰੋਧ ਵੀ ਕੀਤਾ ਵੀ ਇਹ ਗਲਤ ਕੀਤਾ ਜੀ, ਕੰਮ ਕਿਉਂ ਤੋੜੇ ਗਏ। ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਬੜੀ ਲੰਮੀ ਪ੍ਰਕਿਰਿਆ ਚੱਲੀ, ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਉੱਥੋਂ ਨੌਜਵਾਨਾਂ ਨੇ ਜਿਹੜੇ ਉਹ ਬੁੱਤ ਤੋੜਤੇ। ਅਗਲੀ ਗੱਲ ਤੁਸੀਂ ਦੇਖੋ ਕਿ 307 ਦਾ ਪਰਚਾ, ਯਾਰ 307 ਦਾ ਪਰਚਾ ਦਰਜ ਕੀਤਾ ਗਿਆ ਉੱਥੇ, ਹੁਣ ਕਿਸੇ ਉਹਨਾਂ ਨੇ ਇਰਾਦਾ ਕਤਲ ਦਾ ਪਰਚਾ ਦਰਜ ਹੋਇਆ। ਉਹ ਕਿਹਦਾ ਇਰਾਦਾ ਉੱਥੇ ਕਤਲ ਕਰਨ ਆਏ ਸੀ, ਕਿਹੜਾ ਇਰਾਦਾ ਧਾਰ ਕੇ ਆਏ ਸੀ ਕਤਲ ਕਰਨ ਦੇ ਲਈ? ਬੁੱਤ ਹੀ ਤੋੜੇ ਨੇ, ਜੋ ਕਾਰਵਾਈ ਬਣਦੀ ਹੈ ਉਹ ਪਾ ਦੇਣ। ਪਹਿਲਾਂ ਹੀ ਗਲਤੀ ਸੀ, ਪਹਿਲਾਂ ਹੀ ਸ਼੍ਰੋਮਣੀ ਕਮੇਟੀ ਨੇ ਕਿਉਂ ਨਹੀਂ ਸੋਚਿਆ ਕਿ ਉੱਥੇ ਇਸ ਤਰ੍ਹਾਂ ਦੇ ਬੁੱਤ ਜਿਹੜੇ ਨਹੀਂ ਲੱਗਣੇ ਚਾਹੀਦੇ? ਸੋ ਇਹ ਗੱਲਾਂ ਸਾਨੂੰ ਆਪਣੇ ਦਿਮਾਗ ਦੇ ਵਿੱਚ ਬਿਠਾਉਣ ਦੀ ਲੋੜ ਹੈਗੀ ਹੈ ਕਿ ਅਸੀਂ ਗੁਰੂ ਘਰਾਂ ਨੂੰ ਪਿਕਨਿਕ ਸਥਾਨ ਨਾ ਬਣਾਈਏ, ਟੂਰਿਸਟ ਪਲੇਸ ਅਸੀਂ ਨਾ ਬਣਾਈਏ। ਉਹ ਸਾਡੇ ਕੋਲ ਹੋਰ ਬਥੇਰੀਆਂ ਨੇ, ਉੱਥੋਂ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ। ਕਿਉਂਕਿ ਮੈਂ ਅੱਜ ਵੀ ਜਦੋਂ ਪੁਰਾਣਾ ਇਤਿਹਾਸ ਪੜ੍ਹਦਾ, ਮੇਰੇ ਘਰ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਦੀ ਫੋਟੋ ਲੱਗੀ ਹੋਈ ਹੈ। ਦੁਨੀਆਂ ਦੇ ਵਿੱਚ ਜਿੰਨੇ ਯੋਧੇ ਹੋਏ ਨੇ, ਹਰ ਤਰ੍ਹਾਂ ਦੇ ਬੰਦੇ ਦੀ ਫੋਟੋ ਹੈ। ਆਪ ਲੜਾਈਆਂ ਲੜੀਆਂ ਨੇ, ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ। ਮੈਂ ਚਾਹੁੰਦਾ ਕਿ ਇਹਨਾਂ ਤੋਂ ਸਾਨੂੰ ਇੱਕ ਪ੍ਰੇਰਨਾ ਮਿਲਣੀ ਹੁੰਦੀ ਹੈ, ਸਾਡੀ ਆਉਣ ਵਾਲੀ ਨਸਲ ਨੂੰ ਪ੍ਰੇਰਨਾ ਮਿਲਣੀ ਹੁੰਦੀ ਹੈ। ਸਾਡੇ 'ਚ ਇੱਕ ਮਤਲਬ ਕਿ ਕੁਰਬਾਨੀ ਕਰਨ ਦਾ ਜਜ਼ਬਾ ਜਿਹੜਾ, ਤਾਂ ਉਹ ਪੈਦਾ ਹੁੰਦਾ ਇਹੋ ਜਿਹੀਆਂ ਚੀਜ਼ਾਂ ਦੇਖ ਕੇ, ਇਤਿਹਾਸ ਪੜ੍ਹ ਕੇ, ਜਾਂ ਇਹੀਆਂ ਚੀਜ਼ਾਂ ਨੂੰ ਦੇਖ ਕੇ। ਮੈਂ ਹੈਰਾਨ ਹੋ ਜਾਂਦਾ ਜਦੋਂ ਇਤਿਹਾਸ ਪੜ੍ਹਦਾ ਕਿ ਯਾਰ, ਮੈਂ ਅੱਜ ਹੀ ਪੜ੍ਹ ਰਿਹਾ ਸੀ ਮੁਲਤਾਨ ਦਾ ਕਿਲ੍ਹਾ ਜਦੋਂ ਫਤਿਹ ਕੀਤਾ ਅਤੇ ਕਿਸ ਤਰ੍ਹਾਂ ਤੋਪ ਦਾ ਇੱਕ ਪਹੀਆ ਟੁੱਟ ਜਾਂਦਾ ਅਤੇ ਵਾਰੀ ਵਾਰੀ ਇੱਕ ਇੱਕ ਸਿੰਘ ਉਹਦੇ ਪਹੀਏ ਦੀ ਥਾਂ ਦੇ ਉੱਤੇ ਆਪਣਾ ਮੋਢਾ ਲਾਉਂਦਾ ਅਤੇ ਜਦੋਂ ਹੀ ਗੋਲਾ ਚੱਲਦਾ ਅਤੇ ਤੂੰਬਾ ਤੂੰਬਾ ਬਣ ਕੇ ਉਹ ਸਿੰਘ ਦਾ ਉੱਡ ਜਾਂਦਾ। ਉਸ ਕੌਮ ਦੇ ਵਾਰਸਾਂ ਸੀ, ਉਹ ਦੱਸਣ ਦੀ ਲੋੜ ਆ। ਫਤਿਹਗੜ੍ਹ ਸਾਹਿਬ ਗਏ ਆ, ਪੱਤਰਕਾਰ ਪੁੱਛਦੇ ਆ ਜਵਾਕਾਂ ਨੂੰ ਕਿ ਸਾਹਿਬਜ਼ਾਦਿਆਂ ਦਾ ਇਸ ਸਥਾਨ ਨਾਲ ਕੀ ਸੰਬੰਧ ਆ, ਉੱਥੇ ਨਹੀਂ ਸਾਨੂੰ ਪਤਾ ਹੁੰਦਾ। ਆ ਇਸ ਬਠਿੰਡੇ ਮਿੱਤਰ ਮਾਹੌਲ ਦੇ ਵਿੱਚ ਇੱਕ ਪੱਤਰਕਾਰ ਨੌਜਵਾਨਾਂ ਨੂੰ ਪੁੱਛ ਰਿਹਾ ਸ਼ਹੀਦਾਂ ਬਾਰੇ, ਉੱਥੇ ਨਹੀਂ ਕਿਸੇ ਨੂੰ ਪਤਾ ਹੁੰਦਾ। ਕੀ ਕਸੂਰ ਬੱਚਿਆਂ ਦਾ, ਕੀ ਕਸੂਰ ਸਾਡੇ ਜਵਾਕਾਂ ਦਾ? ਕਸੂਰ ਸਾਡਾ ਹੈ,
ਕਸੂਰ ਸਾਡੇ ਸਾਹਿਤ ਦਾ, ਸਾਡੇ ਇਤਿਹਾਸ ਦਾ, ਸਾਡੇ ਸਕੂਲਾਂ ਦਾ ਕਸੂਰ ਹੈ, ਜਿੱਥੇ ਦੱਸਿਆ ਨਹੀਂ ਜਾਂਦਾ, ਇਹ ਜਿਹੀਆਂ ਗੱਲਾਂ ਪੜ੍ਹਾਈਆਂ ਨਹੀਂ ਜਾਂਦੀਆਂ। ਅਤੇ ਕਸੂਰਵਾਰ ਸਭ ਤੋਂ ਵੱਧ ਮੈਂ ਕਹਿੰਦਾ ਅਸੀਂ ਮਾਪੇ ਹਾਂ, ਜਿਹੜੇ ਆਪਣੇ ਬੱਚਿਆਂ ਨੂੰ ਦੱਸ ਹੀ ਨਹੀਂ ਰਹੇ ਕਿ ਯਾਰ ਅਸੀਂ ਕਿੰਨਾ ਦੇ ਵਾਰਸ ਹਾਂ, ਐਡੀਆਂ ਐਡੀਆਂ ਕੁਰਬਾਨੀਆਂ, ਐਡੇ ਐਡੇ ਯੋਧੇ ਹੋਏ ਨੇ ਇਸ ਕੌਮ ਦੇ ਵਿੱਚ ਕਿ ਲੂੰ ਕੰਡਾ ਖੜਾ ਹੋ ਜਾਂਦਾ, ਚਰਨਹਾੜ ਛਿੜਦੀ ਹੈ ਸਰੀਰ ਦੇ ਵਿੱਚ ਜਦੋਂ ਕਦੇ ਪੜ੍ਹੀ ਦਾ ਇਤਿਹਾਸ ਇਹਨਾਂ ਬਾਰੇ। ਸੋ ਭਰਾਵੋ, ਇਹ ਗੱਲਾਂ ਸਾਨੂੰ ਸੋਚਣੀਆਂ ਚਾਹੀਦੀਆਂ ਕਿ ਵਿਰੋਧ ਨਹੀਂ ਕਰਨਾ, ਕਿਸ ਤਰੀਕੇ ਦਾ ਅਸੀਂ ਵਿਰੋਧ ਕਰਨਾ। ਸੋ ਇੱਕ ਗੱਲ ਹੋਰ ਸੱਚ ਮੈਂ ਹੁਣ ਇੱਕ ਆਪਾਂ ਗੱਲ ਕਰ ਲੈਂਦੇ ਹਾਂ ਅੰਦਰ ਨਾ, ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਹੈ, ਹੁਣ ਆਪਾਂ ਦੱਸਦੇ ਹਾਂ ਅਸਰ ਕੀ ਹੁੰਦਾ। ਉਹ ਕੁੜੀ ਨੇ ਇੱਕ ਨੱਚ ਕੇ ਅੰਦਰ ਪ੍ਰਕਰਮਾ ਦੇ ਵਿੱਚ, ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਇੱਕ ਵੀਡੀਓ ਜਿਹੜੀ ਉਹ ਉਹਨੇ ਪਤਾ ਨਹੀਂ ਕਾਸਟ ਜਾਂ ਸੋਸ਼ਲ ਮੀਡੀਆ 'ਤੇ ਪਾਈ ਹੈ, ਅਤੇ ਉਦੋਂ ਬਾਅਦ ਜਿਹੜੀ ਉਹ ਕੁੜੀ ਨੇ ਇੱਕ ਆਪਦਾ ਸਪਸ਼ਟੀਕਰਨ ਵੀ ਦਿੱਤਾ ਸੀ, ਮੈਨੂੰ ਪਤਾ ਨਹੀਂ ਸੀ, ਕਹਿੰਦੀ ਵੀ ਇੱਥੇ ਨੱਚੀਦਾ ਨਹੀਂ ਹੁੰਦਾ। ਹੁਣ ਜਿਹੜਾ ਬੱਚਾ ਦਰਬਾਰ ਸਾਹਿਬ ਦੇ ਅੱਗੇ ਗਲਿਆਰੇ ਦੇ ਵਿੱਚ ਇਹੋ ਜਿਹੇ ਨੱਚਣ ਵਾਲੇ ਬੁੱਤ ਦੇਖੂਗਾ ਅਤੇ ਉਹਨੂੰ ਕੀ ਪਤਾ ਹੋਣਾ ਵੀ ਅੰਦਰ ਕੀ ਹੈ, ਫਿਰ ਉਹਨੇ ਅੰਦਰ ਜਾ ਕੇ ਨੱਚਣਾ ਹੀ ਹੈ। ਕਿੰਨੀਆਂ ਵੀਡੀਓ ਆਪਾਂ ਦੇਖੀਆਂ ਕਿ ਉੱਥੇ ਜਵਾਕ ਨੌਜਵਾਨ ਮੁੰਡੇ ਕੁੜੀਆਂ ਜਾ ਕੇ ਉੱਥੇ ਪ੍ਰਕਰਮਾ ਦੇ ਵਿੱਚ ਨੱਚ ਕੇ ਜਾਂ ਗਾ ਕੇ ਵਾਇਰਲ ਕਰ ਦਿੰਦੇ ਨੇ, ਉਹ ਕਿਉਂ ਹੋ ਰਿਹਾ? ਜੇ ਉੱਥੇ ਕਿਤੇ ਸੁੱਖਾ ਸਿੰਘ ਮਹਿਤਾਬ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ, ਉਹਨਾਂ ਦੇ ਬੁੱਤ ਲੱਗੇ ਹੁਣ ਥੱਲੇ ਸੰਖੇਪ ਦੇ ਵਿੱਚ ਇਤਿਹਾਸ ਲਿਖਿਆ ਹੋਵੇ, ਉੱਥੋਂ ਪੜ੍ਹ ਕੇ ਆਵੇ। ਇੱਕ ਦਿਨ ਹੋਰ ਹੁਣੀ ਇੱਕ ਵੀਡੀਓ ਮੈਂ ਅੱਜ ਹੀ ਦੇਖ ਰਿਹਾ ਸੀਗਾ, ਉਹ ਬੁੱਤ ਦੇ ਖੜ੍ਹੇ ਸਾਹਮਣੇ ਕਈ ਮੁੰਡੇ ਅਤੇ ਕੁੜੀਆਂ ਇਕੱਠੇ ਨੌਜਵਾਨ ਹੋ ਕੇ ਨੱਚੀ ਜਾਂਦੇ, ਭੰਗੜਾ ਪਾਈ ਜਾਂਦੇ ਆ। ਮੈਂ ਫਿਰ ਕਹਿੰਦਾ ਹਰ ਹਰ ਚੀਜ਼ ਦੀ ਇੱਕ ਜਗ੍ਹਾ, ਇੱਕ ਸਥਾਨਕ ਸਮਾਂ ਹੁੰਦਾ, ਉਹ ਉੱਥੇ ਸੋ ਜਚਦਾ, ਸਹੀ ਥਾਂ 'ਤੇ ਸਹੀ ਚੀਜ਼ ਦਾ ਹੋਣਾ ਬੜਾ ਜ਼ਰੂਰੀ ਆ। ਦੂਜੀ ਗੱਲ ਮੈਂ ਇੱਕ ਹੋਰ ਕਹਿਣੀ ਚਾਹੁੰਦਾ ਕਿ ਅਸੀਂ ਕਿਵੇਂ ਸਿਰ ਸੱਟ ਕੇ ਤੁਰੇ ਫਿਰਦੇ ਹਾਂ, ਸਾਨੂੰ ਕੋਈ ਪਤਾ ਹੀ ਨਹੀਂ ਹੈਗਾ ਕਿ ਕਿਸ ਤਰੀਕੇ ਦੇ ਨਾਲ ਸਾਡਾ ਸਾਰਾ ਕੁਛ ਇਹ ਖਤਮ ਕਰ ਰਹੇ ਨੇ। ਜਲ੍ਹਿਆਂਵਾਲੇ ਬਾਗ ਦੀਆਂ ਨਿਸ਼ਾਨੀਆਂ ਖਤਮ ਕਰ ਦਿੱਤੀਆਂ ਗਈਆਂ, ਜਿੰਨੇ ਨਿਸ਼ਾਨ ਸੀਗੇ ਉਹ ਖਤਮ ਕੀਤੇ ਜਾ ਰਹੇ ਨੇ। ਸ਼ਹੀਦ ਸਰਦਾਰ ਊਧਮ ਸਿੰਘ ਦਾ ਬੁੱਤ ਢਕਤਾ ਅੱਗੇ ਕਮਰਾ ਬਣਾ ਦਿੱਤਾ ਗਿਆ, ਉੱਥੇ ਟਿਕਟ ਲਾਉਣ ਦੀ ਤਿਆਰੀ ਹੋ ਰਹੀ ਹੈ ਵੀ ਜਿਹਨੇ ਭਾਈ ਜਲ੍ਹਿਆਂਵਾਲੇ ਬਾਗ 'ਚ ਆਉਣਾ ਟਿਕਟ ਲੱਗਿਆ ਕਰੂਗੀ। ਇੱਕ ਇੱਕ ਕਰਕੇ ਅੰਦਰੋਂ ਜਿਹੜੇ ਬੁੰਗੇ ਸੀਗੇ ਦਰਬਾਰ ਸਾਹਿਬ ਦੇ ਵਿੱਚ, ਸਾਰੇ ਉਹ ਬੁੰਗੇ ਖਤਮ ਕਰ ਦਿੱਤੇ ਗਏ। ਸਾਡੀਆਂ ਜਿੰਨੀਆਂ ਯਾਦਗਾਰਾਂ ਨੇ, ਜਿੰਨੀਆਂ ਇਤਿਹਾਸਕ ਨਿਸ਼ਾਨੀਆਂ ਨੇ, ਸਾਰੀਆਂ ਇੱਕ ਇੱਕ ਕਰਕੇ ਖਤਮ ਕੀਤੀਆਂ ਜਾ ਰਹੀਆਂ ਨੇ। ਹੁਣ ਅਗਲਾ ਨਵਾਂ ਫਰਮਾਨ ਸੁਣ ਲਓ, ਮਾੜਾ ਮੋਟਾ ਇੱਧਰ ਗੌਰ ਰੱਖਿਆ ਕਰੋ, ਪੜ੍ਹਿਆ ਕਰੋ ਮਾੜਾ ਮੋਟਾ ਅਖਬਾਰਾਂ ਖਬਰਾਂ, ਅੱਜ ਦੇ ਅਖਬਾਰ ਭਰੇ ਪਏ ਨੇ। ਜਿਹੜਾ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਹੈ, ਉਹਦੀ ਕਿੰਨੀ ਪੁਰਾਣੀ ਵਧੀਆ ਦਿੱਖ ਬਣੀ ਹੋਈ ਹੈ, ਮੈਂ ਕਹਿੰਦਾ ਉਹ ਹਜ਼ਾਰ ਸਾਲ ਨਹੀਂ ਢਹਿਣ ਵਾਲਾ, ਉਹਨੂੰ ਢਾ ਕੇ ਨਵਾਂ ਬਣਾਉਣ ਦੀ ਤਿਆਰੀ ਹੋ ਰਹੀ ਹੈ। ਉਹਦੀ ਦਿੱਖ ਪਤਾ ਕਿਹੋ ਜਿਹੀ ਬਣਾਈ ਜਾਣੀ ਹੈ? ਉਹ ਕਹਿੰਦੇ ਅਸੀਂ ਉਹਦੀ ਦਿੱਖ, ਜਿਹੜਾ ਸ਼ਵੇਤ ਮਲਕ ਹੈ ਬੀਜੇਪੀ ਦਾ ਪ੍ਰਧਾਨ, ਉਹ ਕਹਿੰਦਾ ਜਿਹੜਾ ਕਮਲ ਦਾ ਫੁੱਲ ਹੈ, ਕਮਲ ਦੇ ਫੁੱਲ ਦੀ ਉਹਨੂੰ ਦਿੱਖ ਦੇਣੀ ਆ ਅਸੀਂ। ਸੋ ਇਹ ਸਾਡੀਆਂ, ਇਹ ਕਿਉਂ ਹੋ ਰਿਹਾ? ਤੁਸੀਂ ਯਾਦ ਰੱਖਿਓ ਮੇਰੀ ਇੱਕ ਗੱਲ ਅੱਜ ਕਹੀ ਹੋਈ, ਇੱਕ ਸਮਾਂ ਆਉਣਾ ਇਹਨਾਂ ਨੇ ਦਰਬਾਰ ਸਾਹਿਬ ਦੀਆਂ ਜਿਹੜੀਆਂ ਅੰਦਰ ਇਮਾਰਤਾਂ ਬਣੀਆਂ ਹੋਈਆਂ ਨੇ ਉਹਨਾਂ ਦੀ ਵੀ ਦਿੱਖ ਬਦਲ ਦੇਣੀ ਆ। ਪਰ ਜਿਹੜੇ ਅੱਜ ਰੌਲਾ ਪਾਉਣ ਵਾਲੇ ਆ, ਉਹਨਾਂ ਨੇ ਉਦੇ ਵੀ ਇਹੀ ਕਹਿਣਾ ਕਿ ਕਿੱਡੀ ਖਾਸ ਗੱਲ ਆ, ਇਮਾਰਤ ਦੀ ਦੇਖੀ ਬਦਲੀ ਗਈ ਹੈ। ਇਮਾਰਤਾਂ ਮੈਂ ਕਹਿੰਦਾ ਕੌਮ ਦੀ ਜ਼ਿੰਦਗੀ 'ਚ ਬਹੁਤ ਵੱਡੀ ਮਹੱਤਤਾ ਰੱਖਦੀਆਂ ਹੁੰਦੀਆਂ ਨੇ। ਜੇ ਅਸੀਂ ਆਪਣੇ ਅਤੀਤ ਨੂੰ, ਆਪਣੇ ਇਤਿਹਾਸ ਨੂੰ, ਆਪਣੇ ਪਿਛੋਕੜ ਨੂੰ ਭੁੱਲ ਜਾਂਗੇ, ਛੱਡ ਜਾਂਗੇ, ਤਾਂ ਅਸੀਂ ਭਵਿੱਖ ਕਦੇ ਨਹੀਂ ਸਿਰਜ ਸਕਦੇ। ਇੱਕ ਬਹੁਤ ਵੱਡੇ ਕਿਸੇ ਲੇਖਕ ਨੇ ਕਿਹਾ, ਕਹਿੰਦਾ ਜੇ ਤੁਸੀਂ ਇਤਿਹਾਸ 'ਤੇ ਬੀਤੇ ਹੋਏ 'ਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਜੇ ਇਤਿਹਾਸ ਨਾਲ ਜੁੜੋਗੇ, ਅਤੀਤ ਨਾਲ, ਪਿਛੋਕੜ ਨਾਲ ਜੁੜੋਗੇ, ਉਹਨਾਂ ਕੁਰਬਾਨੀਆਂ ਨੂੰ ਯਾਦ ਕਰਾਂਗੇ, ਤਾਂ ਹੀ ਅੰਦਰ ਕੋਈ ਨਾ ਕੋਈ ਜਜ਼ਬਾ, ਕੋਈ ਹੌਸਲਾ ਪੈਦਾ ਹੁੰਦਾ, ਨਿਡਰਤਾ ਪੈਦਾ ਹੁੰਦੀ ਹੈ ਕਿ ਅਸੀਂ ਵੀ ਇਹਨਾਂ ਵਾਂਗ ਇਹਨਾਂ ਦੇ ਰਸਤੇ 'ਤੇ ਚੱਲ ਕੇ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਰਸਤਿਆਂ 'ਤੇ ਤੋਰ ਕੇ, ਤਾਂ ਕੌਮਾਂ ਜਾਂਦੀਆਂ ਰਹਿੰਦੀਆਂ ਨੇ, ਗੱਲਾਂ ਬਾਤਾਂ ਨੇ ਕੌਮਾਂ ਜਾਂਦੀਆਂ ਰਹਿੰਦੀਆਂ। ਮੇਰਾ ਵੀਰ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ, ਟੋਕ ਵਾਲੇ ਮਸਲੇ 'ਚੋਂ ਨਿਕਲ ਜਾਓ। ਟਿੱਕਾਂ ਟੋਕਾਂ 'ਤੇ ਅਸੀਂ ਫਸੇ ਬੈਠੇ ਹਾਂ, ਅਸੀਂ ਇਹਨਾਂ ਕੰਮਾਂ 'ਚੋਂ ਨਿਕਲ ਕੇ ਮੇਰਾ ਵੀਰ ਅਸੀਂ ਇੱਧਰ ਨੂੰ ਜ਼ਰੂਰ ਧਿਆਨ ਮਾਰਗੇ। ਸਾਡਾ ਸਾਰਾ ਕੁਛ ਇਹਨਾਂ ਨੇ ਇੱਕ ਇੱਕ ਕਰਕੇ, ਤੁਸੀਂ ਦੇਖ ਲਓ, ਦੀਵਾਨ ਟੋਡਰਮੱਲ ਦੀ ਹਵੇਲੀ ਦਾ ਕੋਈ ਦੇਖਭਾਲ ਨਹੀਂ ਹੋ ਰਹੀ, ਚਮਕੌਰ ਦੀ ਕੱਚੀ ਗੜੀ ਨੂੰ ਖਤਮ ਕਰ ਦਿੱਤਾ ਗਿਆ, ਸਰਹੰਦ ਦੀ ਦੀਵਾਰ ਨੂੰ ਖਤਮ ਕਰ ਦਿੱਤਾ ਗਿਆ, ਆਨੰਦਪੁਰ ਸਾਹਿਬ ਦੇ ਕਿਲ੍ਹਿਆਂ ਨੂੰ ਖਤਮ ਕਰ ਦਿੱਤਾ ਗਿਆ, ਗੁਰਦੁਆਰੇ ਉਸਾਰ ਦਿੱਤੇ ਗਏ, ਦਰਸ਼ਨੀ ਡਿਉੜੀਆਂ ਢਾ ਦਿੱਤੀਆਂ ਗਈਆਂ। ਇਹ ਕਿਉਂ ਹੋ ਰਿਹਾ? ਕਿਉਂਕਿ ਸਾਨੂੰ ਐਂ ਲੱਗਦਾ ਵੀ ਛੱਡੋ ਪਰੇ, ਸਾਡਾ ਧਿਆਨ ਹੀ ਨਹੀਂ ਹੈ। ਅੱਜ ਸਾਰਾ ਸਾਡਾ ਇੱਕ ਇੱਕ ਕਰਕੇ ਸਾਰੇ ਸਾਡੇ ਇਤਿਹਾਸਕ ਸਥਾਨ, ਸਾਡੀਆਂ ਯਾਦਗਾਰਾਂ ਢਾਈਆਂ ਜਾ ਰਹੀਆਂ ਨੇ, ਸਾਨੂੰ ਉੱਦਾਂ ਨਹੀਂ ਪਤਾ ਲੱਗਣਾ ਜਿੰਨੇ ਜਿੱਦੇ ਇਹਨਾਂ ਨੇ ਸਾਨੂੰ ਆ ਢਾਉਣਾ, ਸਾਡੇ ਘਰਾਂ 'ਚ ਇਹਨਾਂ ਨੇ ਸਾਨੂੰ ਆ ਢਾਉਣਾ, ਫਿਰ ਉਦੇ ਹੀ ਚੀਕਾਂ ਮਾਰਾਂਗੇ, ਸਾਡੇ ਪੱਲੇ ਕੁਛ ਰਹਿਣਾ ਨਹੀਂ ਹੈਗਾ। ਸੋ ਮੈਂ ਬੇਨਤੀ ਇਹੀ ਕਰਦਾ ਮੇਰਾ ਵੀਰ ਕਿ ਯਾਰ, ਮੈਂ ਫਿਰ ਦੁਬਾਰਾ ਗੱਲ ਕਹਿਣਾ, ਜਿਹੜੇ ਬੰਦੇ ਵੀ
ਜਿਹੜੇ ਗੱਲ ਕਹਿੰਦੇ ਨੇ ਕਿ ਬੁੱਤ ਢਾਉਣੇ ਗਲਤ ਨੇ, ਮੇਰੇ ਨਾਲ ਕਿਤੇ ਬੈਠ ਕੇ ਉਹ ਆਪਣੀ ਵਿਚਾਰ ਚਰਚਾ ਕਰ ਸਕਦੇ ਆ। ਮੈਂ ਉਹਨਾਂ ਨੂੰ ਖੁੱਲ੍ਹਾ ਇੱਕ ਚੈਲੰਜ ਦੇਣਾ ਚਾਹੁੰਦਾ ਕਿ ਮੈਨੂੰ ਇਹ ਸਪਸ਼ਟੀਕਰਨ ਦੇ ਦਿਓ। ਠੀਕ ਹੈ, ਮੈਂ ਖੁਦ ਮੰਨਦਾ ਕਿ ਨੱਚਣਾ ਗਾਉਣਾ, ਬੋਲੀਆਂ, ਗੀਤ ਸਾਡੇ ਪੰਜਾਬੀ ਸੱਭਿਆਚਾਰ ਦੀ, ਸਾਡੀ ਪੰਜਾਬੀ ਵਿਰਾਸਤ ਦਾ ਇੱਕ ਬਹੁਤ ਅਹਿਮ ਅੰਗ ਹੈ, ਹੋਣਾ ਚਾਹੀਦਾ। ਬੰਦੇ ਦੀ ਜ਼ਿੰਦਗੀ 'ਚ ਹਰ ਰੰਗ ਹੋਣਾ ਜ਼ਰੂਰੀ ਹੈ। ਉਹਦਾ ਜ਼ਿੰਦਗੀ ਰੁੱਖੀ ਹੋ ਜਾਂਦੀ ਹੈ, ਜ਼ਿੰਦਗੀ ਬੇਜਾਨ ਹੋ ਜਾਂਦੀ ਹੈ। ਹਰੇ ਰੰਗ ਹੋਣੇ ਜ਼ਰੂਰੀ ਨੇ ਬੰਦੇ ਦੀ ਜ਼ਿੰਦਗੀ 'ਚ। ਪਰ ਉਹਦੇ ਲਈ ਮੈਂ ਕਹਿਣਾ ਕਿ ਬਥੇਰਾ ਥਾਂ ਪਿਆ ਪੰਜਾਬ 'ਚ, ਬਥੇਰੇ ਥਾਵਾਂ 'ਤੇ ਲੱਗੇ ਵੀ ਹੋਣੇ, ਲਾ ਦਿਓ। ਅਸੀਂ ਵੀ ਇਸ ਗੱਲ 'ਚ ਸਹਿਮਤ ਹੈ, ਮੈਂ ਆਪਣੇ ਤੌਰ 'ਤੇ, ਨਿੱਜੀ ਤੌਰ 'ਤੇ ਸਹਿਮਤ ਹਾਂ ਵੀ ਲਾਓ। ਪਰ ਜਿੱਥੇ ਸਾਡੀ ਐਡੀ ਵੱਡੀ ਮਹੱਤਤਾ ਹੋਵੇ ਕਿਸੇ ਸਥਾਨ ਦੀ, ਜਿੱਥੋਂ ਸਾਨੂੰ ਜਾ ਕੇ ਇੱਕ ਰੂਹਾਨੀ ਸ਼ਕਤੀ ਮਿਲਦੀ ਹੋਵੇ, ਜਿੱਥੋਂ ਕਿਤੇ ਜਾ ਕੇ ਸਾਨੂੰ ਇੱਕ ਕੁਰਬਾਨੀ ਕਰਨ ਦਾ ਜਜ਼ਬਾ, ਇੱਕ ਜੋਸ਼ ਪੈਦਾ ਹੁੰਦਾ ਹੋਵੇ, ਉੱਥੇ ਇਹੋ ਜਿਹੇ ਬੁੱਤ ਨਹੀਂ ਲੱਗਣੇ ਚਾਹੀਦੇ। ਦੱਸ ਦਈਏ ਕਿ ਕਈ ਮਹੀਨਿਆਂ ਤੋਂ ਇਨ੍ਹਾਂ ਭੰਗੜੇ ਅਤੇ ਗਿੱਧੇ ਵਾਲੇ ਬੁੱਤਾਂ ਦਾ ਵਿਰੋਧ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਸੀ ਕਿ ਇਹ ਬੁੱਤ ਇੱਥੇ ਨਹੀਂ ਲੱਗਣੇ ਚਾਹੀਦੇ, ਇਸ ਨੂੰ ਹਟਾਇਆ ਜਾਵੇ। ਪਰ ਬੁੱਤ ਨਾ ਹਟਾਏ ਜਾਣ ਦੇ ਵਿਰੋਧ 'ਚ ਸਿੰਘਾਂ ਵੱਲੋਂ ਕਾਰਵਾਈ ਕਰਦੇ ਹੋਏ ਇਨ੍ਹਾਂ ਬੁੱਤਾਂ ਨੂੰ ਤੋੜ ਦਿੱਤਾ, ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਭੱਖ ਗਿਆ। ਬਿਊਰੋ ਰਿਪੋਰਟ, ਚੈਨਲ ਪੰਜਾਬ।